ਸਾਡੀ ਗੋਦੀ ਮਿਹਨਤ ਆ ਬਣਾ ਦੇ ਕਹਿੰਦਾ ਸਾਡੀ ਗੋਦੀ ਇੱਥੇ ਬਣਨੀ ਨਹੀਂ ਚਾਹੀਦੀ ਤੇ ਨਾ ਬਣਾਉਣੀ ਆ ਉਹਦਾ ਕਾਰਨ ਕੀ ਹੈ ਲਾਗਦਾਸ ਨਾਲ ਹੀ ਪਾਰਟੀ ਦਾ ਕੰਮ ਹੈ ਇੱਥੇ ਚੱਲਦਾ ਜੇ ਉਹ ਕਹਿੰਦਾ ਸਰਪੰਚ ਕਰੂਗਾ ਮੈਂ ਉਹ ਕਰਨਾ ਤੇ ਉਹਨੇ ਕੋਈ ਪੈਸਾ ਵਗੈਰਾ ਵੀ ਦਿੱਤਾ ਠੇਕੇ ਦਾ ਹਾਂਜੀ ਹਾਂਜੀ ਸਾਡੇ ਤੋਂ ਲੈ ਕੇ 6000 ਰੁਪਏ ਇਹ ਸਰਕਾਰੀ ਕੰਮ ਹੈ ਹਾਂਜੀ ਤੇ ਹੁਣ ਕੀ ਕਹਿੰਦਾ ਸਰਪੰਚ सरपंच की कह रहा ਸਰਪੰਚ ਹੁਣ ਕਹਿੰਦਾ ਹੈਗਾ ਵੀ ਤੁਸੀਂ ਪੈਸੇ ਦੇਣ ਕੇ ਜਾ ਲਿਆ ਹੈਗਾ ਨਹੀਂ ਸਰਪੰਚ ਉਹ ਠੇਕੇਦਾਰ ਦੀ ਗਲਤੀ ਨਹੀਂ ਹੈ ਠੇਕੇਦਾਰ ਦੀ ਗਲਤੀ ਨਹੀਂ ਹੈ ਤੁਸੀਂ ਪੈਸੇ ਦੇਣ ਕੇ ਜਾ ਲਿਆ ਸੀ ਮੈਂ ਕਿਹਾ ਸੀ ਮੈਂ ਕਿਹਾ ਹੁਣ ਫੇਰ ਸਰਪੰਚ ਸਾਹਿਬ ਪੈਸੇ ਮੰਗਦਾ ਆ ਪਾਸੋਂ ਚੌਥਾ ਆਹੀ ਤੇ ਪੈਸੇ ਕਹਿੰਦਾ ਲਿਆਓ ਲਿਆਓ ਪੈਸੇ ਇਦਾਂ ਕਹਿੰਦਾ ਕਾਹਦੇ ਪੈਸੇ ਮੰਗਦਾ ਮੈਂ ਸਫਾਈ ਕਰਾਉਣ ਦੇ ਫੇਰ ਕਹਿੰਦਾ ਮੈਂ ਕਰ ਨਹੀਂ ਕਹਿੰਦਾ ਜੋ ਸਰਪੰਚ ਕਹੂ ਮੈਂ ਉਹੀ ਕਰਨਾ ਤੇ ਕਿੰਨੇ ਪੈਸੇ ਮੰਗ ਰਿਹਾ ਹੁਣ ਪਤਾ ਨਹੀਂ ਕਿੰਨੇ ਮੰਗਦਾ ਹੈਗਾ ਇਦਾਂ ਨਹੀਂ ਦੱਸਿਆ ਵੀ ਕਿੰਨੇ ਪੈਸੇ ਤਾ ਉਹ ਕਹਿੰਦਾ ਪੈਸੇ ਤਾ ਉਹ ਫੇਰ ਕਰਨਾ ਕੀ ਨਾਮ ਕਿ ਉਹਦਾ ਠੇਕੇ ਦਾ ਸਤਨਾਮ ਸਰ ਠੀਕ ਹੈ ਯਾਨੀ ਕਿ ਸਰਪੰਚ ਸਾਡੇ ਸੁਣਦਾ ਕਿ ਨਹੀਂ ਸੁਣਦਾ ਨਹੀਂ ਜੀ ਨਹੀਂ ਨਹੀਂ ਕਿ ਸਾਡਾ ਕੋਈ ਨਹੀਂ ਸੁਣਦਾ ਪਿੰਡ ਦਾ ਬੁਰਾ ਹਾਲ ਹੈ ਹਾਂ ਸਾਡਾ ਹੀ ਆ ਜਾ ਬਹੁਤ ਹਾਂ ਜੀ ਅੱਛਾ ਤੁਸੀਂ ਦੱਸੋ ਸਰਪੰਚ ਕੰਮ ਕਰਵਾ ਰਿਹਾ ਕਿ ਨਹੀਂ ਕਰਵਾ ਰਿਹਾ ਨਹੀਂ ਜੀ ਕਰਵਾ ਰਿਹਾ ਨਹੀਂ ਕਰਵਾ ਰਿਹਾ ਜੇ ਤੁਸੀਂ ਕੁਝ ਕਿੰਨੂੰ ਗੱਲ ਮੰਨਦਾ ਤਾਂ ਨਹੀਂ ਮੰਨਦਾ ਜੀ ਔਖਾ ਬੋਲਦਾ ਤਾਂ ਹਾਂ ਜੀ ਔਖਾ ਬੋਲਦਾ ਕੀ ਨਾਮ ਹੈ ਸਰਪੰਚ ਦਾ ਸਤਨਾਮ ਸਿੰਘ कोई गल नहीं करा दांगे करा दांगे कोई नहीं कोई नहीं आपां गल करदे सर गलियां नालियां बनिया सीगियां वह भी पटा दित्तियां वा कहिंदा कंक्रीट दियां गलियां बनिया सीगियां सारियां इन्हें पटा के तो कहिंदा जी इंटरलॉक इट लवानी आ तो बुरा बहुत बुरा हाल है ये पास कोई काम नहीं कर रहा किन्नी देर हो गई इन्हें सरपंच इन तकरीबन 3 साल हो गए लोगों ने शिकायत वाले कितने कोई गलबात कितने सरपंच इन्हें सरपंच के खिलाफ जड़िया शिकायत देंगे कोई सरकारी महकमा सुनता नहीं क्योंकि रल मिल के तो सारे पैसे खाते हैं तो लगता सरपंच ने पैसे वगैरह खाते हैं बहुत पैसा खाता जी तकरीबन मेरे हिसाब से ਇਹ ਕਹਿੰਦੇ 62.5 ਲੱਖ ਰੁਪਇਆ ਜਿਹੜਾ ਸੈਂਟਰਲ ਗਵਰਨਮੈਂਟ ਦਾ ਯਾਤਕਾ ਪਿੰਡ ਖਾਨਗਾ ਵਿੱਚ ਜੇ ਸਰਪੰਚ ਨੂੰ ਤੁਸੀਂ ਕੰਮ ਕਹਿੰਦੇ ਹੋ ਕੁਝ ਕਰਵਾਉਂਦਾ ਕਿ ਨਹੀਂ ਕਰਵਾਉਂਦਾ ਨਹੀਂ ਕੰਮ ਕੋਈ ਨਹੀਂ ਕਰਦਾ ਉਹ ਤਾਂ ਛੇਤੀ ਕਿਤੇ ਸਰਪੰਚ ਜਿਹੜੀ ਪਰਮਜੀਤ ਕੌਰ ਸਰਪੰਚ ਆ ਉਹ ਤਾਂ ਆਪ ਮੋਹਰ ਵੀ ਨਹੀਂ ਕਿਸੇ ਨੂੰ ਲਾ ਕੇ ਦਿੰਦੀ ਉਹ ਕਹਿ ਦਿੰਦੀ ਜਿੰਨਾ ਚਿਰ ਮੇਰੇ ਘਰ ਵਾਲਾ ਨਹੀਂ ਆਉਂਦਾ ਰਾਮ ਸਿੰਘ ਜੋ ਕਿ ਪੰਜਾਬ ਪੁਲਿਸ ਦਾ ਮੁਲਾਜ਼ਮ ਆ ਉਹਦਾ ਹੱਕ ਨਹੀਂ ਬਣਦਾ ਹੱਕ ਤਾਂ ਬਣਦਾ ਪਰਮਜੀਤ ਕੌਰ ਦਾ ਪਰਮਜੀਤ ਕੌਰ ਤਾਂ ਕੋਈ ਕੰਮ ਕਰਦੀ ਨਹੀਂ ਬਿਲਕੁਲ ਇਹ ਮੋਹਰ ਵੀ ਫੇਰ ਲਾ ਕੇ ਦਿੰਦੇ ਆ ਬਹੁਤ ਬੁਰਾ ਹਾਲ ਆ ਪਿੰਡ ਦੇ ਛੱਪੜ ਦੇ ਪੈਸੇ ਆਏ ਉਹ ਵੀ ਇਹ ਖਾ ਗਏ ਆ ਪਰ ਛੱਪੜ ਦੀ ਸਫਾਈ ਨਹੀਂ ਕਰਾਈ ਕੁਝ ਵੀ ਤਾਂ ਛੱਪੜ ਦੇ ਵਿੱਚੋਂ ਜਿਹੜੀ ਮਿੱਟੀ ਪੱਟੀ ਸੀ ਉਹ ਵੀ ਇਹਨੇ ਪੱਟ ਕੇ ਤੇ ਆਪਣੇ ਖਾਤਿਆਂ ਦੇ ਵਿੱਚ ਹੀ ਪਾ ਲਈ ਉਹਦਾ ਵੀ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਪਿੰਡ ਦੇ ਹੱਡਾ ਰੇੜੀ ਆ ਹੱਡਾ ਰੇੜੀ ਦੇ ਵਿੱਚੋਂ ਜਿਹੜੀ ਰੇਤਾ ਵਾ ਉਹ ਸਾਰੀ ਹੱਡਾ ਰੇੜੀ ਵਿੱਚੋਂ ਪੱਟ ਕੇ ਇਹਨੇ ਪਿੰਡ ਦੇ ਉੱਤੇ ਜੋ ਕਿਤੇ ਲਗਾਈ ਆ ਉਸ ਲਗਾਈ ਆ ਤਾਂ ਪੈਸੇ ਜਿਹੜੇ ਸਰਕਾਰੀ ਖਾਤੇ ਦੇ ਵਿੱਚ ਪਾਉਂਦੇ ਜਿਹੜੀ ਸਰਪੰਚ ਦੇ ਤੇ ਸ਼ਿਕਾਇਤ ਵੀਡੀਓ ਆਫੀਸਰ ਨੂੰ ਜਾਂ ਸੈਕਟਰੀ ਵਾਲੇ ਕਿਸੇ ਨੂੰ ਕੀਤੀ ਹੈ ਹਾਂਜੀ ਵੀਡੀਓ ਦਫ਼ਤਰ ਨੇ ਸ਼ਿਕਾਇਤ ਕੀਤੀ ਸੀਗੀ ਜਦੋਂ ਇਹਨੇ ਉਹਦੇ ਵਿੱਚ ਸਕੂਲ ਦੀ ਜਗ੍ਹਾ ਵਾ ਉਹਦੇ ਵਿੱਚੋਂ ਮਿੱਟੀ ਪਟਾਈ ਰੇਤਾ ਪਟਾਈ ਕਿ ਅਸੀਂ ਸ਼ਿਕਾਇਤ ਕੀਤੀ ਉਹਨਾਂ ਨੇ ਉਹ ਯਾਨੀ ਕਿ ਮੰਨ ਲਓ ਜੇਈ ਸਾਹਿਬ ਵੀ ਆਏ
पर उस बाद कोई कार्रवाई नहीं की अजे तक यानी कोई कि सुनवाई नहीं हुई नहीं नहीं कोई सुनवाई नहीं बापू जी तुम की अगो उल्टा बोलता कम तो इन्हें ही कराने है पिंड पिंड का सरपंच बनया ठेकेदार कहता ठेकेदार भी गलत बोलता है साढ़े घर पानी आया हा ठेकेदार ने 6000 रुपया तो मेरे को लिया तेरा सीवे ठीक करा के देना वो फिर नहीं ठीक होया 6000 तो खाते ही बिल्कुल जी होती बारे कोई सुनने आ रहा है होती बनानी वो पैसे मंग रहे होती भी कहने पैसे दोगे तो होती बनाना होती फिर नहीं बनाई उन्हें तो फिर ओवरफ्लो हो गया ठीक है ये खानका पिंड के लोगों का आओ सरपंच साहब न गलबात करने की कोशिश करिए कैमरा मदन लाल चंद्र वर्मा देख लो